ਵੀਰੋ ਐਵੇ ਇੰਸਟਾਗ੍ਰam ਦੀ ਆਈਡੀ ਤੇ ਇੰਸਟਾਗ੍ਰam ਦੀ ਆਈਡੀ ਤੇ ਫਾਲੋ ਕਰ ਲੋ ਕਿਉਂਕਿ ਇੰਸਟਾਗ੍ਰam ਦੇ ਉੱਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਵਾਇਸ ਮੈਸੇਜ ਕਰ ਸਕਦੇ ਹੋ ਟੈਕਸ ਕਰ ਸਕਦੇ ਹੋ ਤੁਹਾਨੂੰ ਉਹਦਾ ਰਿਪਲਾਈ ਲੱਭੇਗਾ ਲਓ ਜੀ ਮਿੱਤਰੋ ਅੱਜ ਵੇ 20 ਫਰਵਰੀ 20 ਫਰਵਰੀ ਹੈ ਮਿੱਤਰੋ ਤੇ ਅੱਜ ਦੇ ਦਿਨ ਦੀਆਂ ਖਬਰਾਂ ਇਟਲੀ ਤੋਂ ਲੈ ਕੇ ਆਇਆ ਮੈਂ ਲਓ ਜੀ ਮਿੱਤਰੋ ਪਹਿਲੇ ਨੰਬਰ ਤੇ ਇੱਕ ਭੈੜੀ ਖਬਰ ਹੈ ਇਟਲੀ ਦੇ ਵਿੱਚ ਹੋਇਆ ਵੇ ਐਕਸੀਡੈਂਟ ਇੱਕ ਬੜਾ ਹੀ ਵੱਡਾ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ 8 ਨਿਊ ਨੋਲਾ ਉਸਤਾ ਦੀ ਫਿਰ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਮਿੱਤਰੋ ਸੀਜ਼ਨਲ ਐਂਡ ਐਗਰੀਕਲਚਰ ਕੰਮ ਦੀ ਤੇ ਮਿੱਤਰੋ ਇਸ ਵੀਡੀਓ ਨੂੰ ਐਂਡ ਤੱਕ ਤੱਕੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਮਿੱਤਰੋ ਜਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਚੈਨਲ ਟੀਚ ਵੀਜ਼ਾ ਪੰਜਾਬੀ ਤੇ ਜਿਹੜੀ ਵੀ ਵੀਡੀਓ ਅਪਲੋਡ ਕੀਤੀ ਜਾਂਦੀ ਹੈ ਮਿੱਤਰੋ ਉਹਨੂੰ ਅਗਾ ਸ਼ੇਅਰ ਜ਼ਰੂਰ ਕਰਿਆ ਕਰੋ ਲਓ ਜੀ ਮਿੱਤਰੋ ਪਹਿਲੀ ਖਬਰ ਹੈ ਇਟਲੀ ਤੋਂ ਇਟਲੀ ਦੇ ਵਿੱਚ ਜਿਹੜਾ ਨਾ ਉਹ ਦੋ ਕਾਰਾਂ ਦੇ ਵਿੱਚ ਅੱਗ ਲੱਗੀ ਏ ਇਹ ਇੱਕ ਕਾਰ ਜਿਹੜਾ ਸੀ ਉਹ ਪੰਜਾਬੀ ਵੀਰ ਦਾ ਸੀ ਆਪਣੇ ਪੰਜਾਬੀ ਵੀਰ ਪਾਕਿਸਤਾਨ ਦਾ ਰਹਿਣ ਵਾਲਾ ਸੀ ਉਹਦਾ ਕਾਰ ਸੀ ਤੇ ਦੂਜਾ ਜਿਹੜਾ ਨਾ ਕਿਸੇ ਆਪਣਾ ਸਪੈਨਿਸ਼ ਤੇ ਰਹਿਣ ਵਾਲੇ ਦਾ ਕਾਰ ਸੀ ਤੇ ਮਿੱਤਰੋ ਉਹਨਾਂ ਨੂੰ ਲੱਗੀ ਅੱਗ ਤੇ ਅੱਗ ਜਿਹੜੀ ਉਹ ਬੜੀ ਹੀ ਭੈੜੀ ਲੱਗੀ ਸੀ ਕੋ ਦੱਸਣ ਦੇ ਸਨ ਕਿ ਕੋਈ ਗੈਸ ਦਾ ਬਲਾਸਟ ਹੋਇਆ ਸੀ ਜਿਹਦੇ ਕਰਕੇ ਜਿਹੜਾ ਨਾ ਅੱਗ ਕਾਫੀ ਜ਼ਿਆਦਾ ਫੈਲ ਗਈ ਤੇ ਜਿਹਨਾਂ ਕੋ ਕਾਫੀ ਜ਼ਿਆਦਾ ਕਾਰ ਦੇ ਵਿੱਚ ਜਿਹੜੀਆਂ ਛਾਵਾਂ ਛੂਆਂ ਸਨ ਉਹ ਸਾਰੀਆਂ ਸੜਸੁਰ ਗਈਆਂ ਬਹਰਾਲ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ ਬਾਕੀ ਜਿੰਨੇ ਵੀ ਵੀਰ ਮਿੱਤਰ ਯੂਰਪ ਦੇ ਵਿੱਚ ਰਹਿੰਦੇ ਨੇ ਜਰਾ ਇhtiyat ਦੇ ਨਾਲ ਰਿਹਾ ਕਰੋ ਜਰਾ ਆਪਣਾ ਸੇਫਟੀ ਸੂਫਟੀ ਕਰਕੇ ਤੇ ਰਿਹਾ ਕਰੋ ਇਹ ਵੀ ਅੱਗ ਜਿਹੜੀ ਉਹ ਐਵੇਂ ਹੀ ਲੱਗ ਗਈ ਕੋਈ ਵੀ ਇਹਦਾ ਕੋਈ ਐਡਾ ਕੋ ਵਧੀਆ ਕਾਰਨ ਨਹੀਂ ਦੱਸਣ ਦੇ ਆ ਕਿ ਜਿਹਦੇ ਨਾਲ ਸਾਲਿਡ ਪਤਾ ਲੱਗੇ ਕਿ ਅੱਗ ਕਿਉਂ ਲੱਗੀ ਓੰਜ ਜਿਹੜਾ ਉਹਨਾਂ ਦੱਸਿਆਵੇ ਉਹ ਦੱਸਿਆਵੇ ਕਿ ਕੋਈ ਗੈਸ ਦੀ ਬਲਾਸਟਿੰਗ ਦੀ ਵਜ੍ਹਾ ਤੋਂ ਨਾ ਓਵਰ ਗੈਸ ਹੋਣਦੇ ਉਹਦਾ ਤੁ ਜਿਹੜੀ ਨੂੰ ਅੱਗ ਚਵਾਂ ਪਾਸੇ ਦੂਹਾਂ ਕਰਾਂ ਦੇ ਵਿੱਚ ਫੈਲ ਗਈ ਮਿੱਤਰੋ ਉਸ ਤੋਂ ਬਾਅਦ ਦੂਜੀ ਖਬਰ ਜਿਹੜੀ ਉਹ ਵੈ ਨੋਲਾ ਉਸ ਤੋਂ ਅਦਰ ਰਿਲੇਟਿਡ ਮਿੱਤਰੋ 8 ਨੋਲਾ ਉਸ ਦਾ ਇਸ਼ੂ ਹੋਏ ਨਹੀਂ ਅੱਜ ਡੇਟ ਵੇ 20 ਫਰਵਰੀ ਅੱਜ ਮਿੱਤਰੋ 8 ਨੋਲਾ ਉਸ ਦਾ ਇਸ਼ੂ ਹੋਏ ਨੇ ਇਹ 8 ਨੋਲਾ ਉਸ ਦਾ ਜਿਹੜੇ ਨੇ ਇਹ ਮਿੱਤਰੋ ਪਾਕਿਸਤਾਨੀ ਸਿਟੀਜ਼ਨ ਦੇ ਇੰਡੀਅਨ ਸਿਟੀਜ਼ਨ ਦੇ ਤੇ ਸ੍ਰੀਲੰਕਾ ਦੇ ਸਿਟੀਜ਼ਨ ਦੇ ਨੋਲਾ ਉਸ ਦਾ ਨੇ ਤਿੰਨ ਮਿੱਤਰੋ ਨੋਲਾ ਉਸਤਾ ਪਾਕਿਸਤਾਨੀ ਸਿਟੀਜ਼ਨ ਦੇ ਨੋਲਾ ਉਸਤਾ ਮੇਰੇ ਕੋ ਲਾਇ ਨਹੀਂ ਇੰਡੀਅਨ ਸਿਟੀਜ਼ਨ ਦੇ ਨੋਲਾ ਉਸਤਾ ਮਿੱਤਰੋ ਜਿਹੜੇ ਆਏ ਨਹੀਂ ਉਹ ਦੋ ਨੋਲਾ ਉਸਤਾ ਆਏ ਨੇ ਤੇ ਬਾਕੀ ਨੋਲਾ ਉਸਤਾ ਜਿਹੜੇ ਨੇ ਉਹ ਆਏ ਨਹੀਂ ਆਪਣਾ ਸ਼੍ਰੀਲੰਕਾ ਦੇ ਸਿਟੀਜ਼ਨ ਦੇ ਤੇ ਮਿੱਤਰੋ ਜਿੰਨੇ ਵੀ ਵੀਰ ਭਰਾ ਐਨਸ ਵੀਡੀਓ ਨੂੰ ਆਗਾ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਮਿੱਤਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਓ ਜੀ ਮਿੱਤਰੋ ਇਹ ਅੱਠ ਨੋਲਾ ਉਸਤਾ ਨੇ ਤਿੰਨ ਨੋਲਾ ਉਸਤਾ ਪਾਕਿਸਤਾਨੀ ਵੀਰਾਂ ਦੇ ਨੇ ਸੀਜ਼ਨਲ ਨੋਲਾ ਉਸਤਾ ਜਿਹੜੇ ਕਿ ਸਿਟੀ ਨਿਪੋਲੀ ਤੋਂ ਇਸ਼ੂ ਹੋਏ ਨਹੀਂ ਉਸ ਤੋਂ ਬਾਅਦ ਦੋ ਨੋਲਾ ਉਸ ਦਾ ਨੇ ਇੰਡੀਅਨ ਸਿਟੀਜ਼ਨ ਦੀ ਇੱਕ ਸੀਜ਼ਨਲ ਵੀ ਤੇ ਇੱਕ ਨਾਨ ਸੀਜ਼ਨਲ ਵੀ ਇੱਕ ਨੋਲਾ ਉਸ ਦਾ ਜਿਹੜਾ ਮਿਲਾਨ ਤੋਂ ਇਸ਼ੂ ਹੋਇਆ ਤੇ ਇੱਕ ਨੋਲਾ ਉਸ ਦਾ ਸਿਟੀ ਬਾਰੀ ਤੋਂ ਇਸ਼ੂ ਹੋਇਆ ਹੋਵੇ ਉਸ ਤੋਂ ਬਾਅਦ ਅਸੀਂ శ్రీਲੰਕਨ ਸਿਟੀਜ਼ਨ ਦੀ ਗੱਲ ਕਰੀਏ ਤੇ ਤਿੰਨ ਨੋਲਾ ਉਸ ਦਾ ਨੇ ਤਿੰਨ ਦੇ ਤਿੰਨ ਹੀ ਨੋਲਾ ਉਸ ਦਾ ਸਿਟੀ ਫਲੋਰੈਂਸ ਤੋਂ ਇਸ਼ੂ ਹੋਏ ਨੇ ਤੇ ਮਿੱਤਰੋ ਇਹ ਸਾਰੇ ਦੇ ਸਾਰੇ ਨੋਲਾ ਉਸਤਾ ਦੀ ਕਹਾਣੀ ਹੈ 8 ਨੋਲਾ ਉਸਤਾ ਅੱਜ ਦੇ ਦਿਨ ਹੀ ਮੇਰੇ ਕੋਲ ਆਏ ਨੇ ਤੇ ਇਹ ਨੋਲਾ ਉਸਤਾ ਵੀ ਆਲਮੋਸਟ ਬਾਕੀ ਨੋਲਾ ਉਸਤਾ ਦੇ ਵਾਂਗ ਇਹਨਾਂ ਦੀ ਜਿਹੜੀ ਟਾਈਮਿੰਗ ਦੱਸੀ ਜਾਣ ਢਈ ਏ ਉਹ ਦੱਸੀ ਜਾਣ ਢਈ 9:44 9:33 ਤੇ 9:00 ਵਜ ਕੇ 58 ਮਿੰਟ ਤੇ ਕੁਝ ਸੈਕਿੰਡ ਇਹਨਾਂ ਦੀ ਜਿਹੜੀ ਟਾਈਮਿੰਗ ਏ ਉਹ ਦੱਸੀ ਜਾਣ ਢਈ ਏ ਤੇ ਮਿੱਤਰੋ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਟਾਈਮਿੰਗ ਬੜੀ ਹੀ ਇੰਪੋਰਟੈਂਟ ਹੂਨ ਹੋ ਗਈ ਏ ਕਿਉਂਕਿ ਨੋਲਾ ਉਸ ਦਾ ਵਰਕ ਪਰਮਟ ਅਪਲਾਈ ਕਰਨ ਵਾਲੇ ਬੇਬਾਬ ਬੰਦੇ ਨੇ ਪਾਕਿਸਤਾਨ ਤੁਮੀ ਇੰਡੀਆ ਤੁਮੀ ਤੇ ਵਰਕ ਵੀਜ਼ਾ ਜਿਹੜੀ ਕੁਆਂਟੀਟੀ ਏ ਉਹ ਬਹੁਤ ਘੱਟ ਏ ਲਾਈਕ 8000 10000 20000 ਬੰਦਾ ਅਪਲਾਈ ਕਰਨ ਵਾਲਾ ਵੇ ਤੇ ਵਰਕ ਵੀਜ਼ਾ ਜਿਹੜਾ ਸਿਰਫ 5-6000 ਏ ਇਹ ਮੈਂ ਤੁਹਾਨੂੰ ਅੰਦਾਜ਼ਾ ਦੱਸਿਆ ਉਹ ਗੱਲ ਕਰਾਂ ਜੋ ਇਸ ਟਾਈਮ ਪੇਪਰਾਂ ਦੇ ਵਿੱਚ ਆਉਂਡਿਆ ਵੇ ਤੇ ਜੋ ਇਮੀਗ੍ਰੇਸ਼ਨ ਡਿਪਾਰਟਮੈਂਟ ਦੱਸਣ ਡਿਆ ਵੇ ਕਿ ਤਕਰੀਬਨ 132000 ਵੀਜ਼ੇ ਹੋਣੇ ਨੇ ਤੇ ਇਸ ਟਾਈਮ ਜਿੰਨਾ ਅਪਲਾਈ ਕਰਨਾ ਵੇ ਪਾਕਿਸਤਾਨ ਇੰਡੀਆ ਤੋਂ ਸਿਰਫ ਪਾਕਿਸਤਾਨ ਇੰਡੀਆ ਤੋਂ ਕੋ तकरीबन ਕੋ 4 ਕੁ ਲੱਖ ਬੰਦਾ ਬਣ ਜਾਣਾ ਵੇ ਤੇ ਆਪੀ ਹਿਸਾਬ ਲਾ ਲਓ ਜੇ ਤੁਸੀਂ ਪਹਿਲਾਂ ਅਪਲਾਈ ਕਰੋਗੇ ਤਾਂ ਫੇਰ ਹੀ ਤੁਹਾਨੂੰ ਵਰਕ ਪਰਮਿਟ ਲੱਭਣਾ ਜੇ ਤੁਸੀਂ ਲੇਟ ਹੋਗੇ ਤਾਂ ਫਿਰ ਤੁਹਾਨੂੰ ਵਰਕ ਪਰਮਿਟ ਕੋ ਨਹੀਂ ਲੱਭਣਾ ਤੁਸੀਂ ਸਿਰਫ ਵੇਟ ਹੀ ਕਰਦੇ ਰਹਣਾ ਵੇ ਤੇ ਇਸ ਲਈ ਮਿੱਤਰੋਗਾ ਚੇਤੀ ਅਪਲਾਈ ਕਰੋਗੇ ਤਾਂ ਫੇਰ ਹੀ ਜਿਹੜਾ ਕੋ ਹਸਾਬ-ਕਿਤਾਬ ਲੱਗੇਗਾ ਵਰਕ ਵੀਜ਼ਾ ਲੱਭਣ ਦਾ ਲਓ ਜੀ ਮਿੱਤਰੋ ਉਸ ਤੋਂ ਬਾਅਦ ਅਸੀਂ ਗੱਲ ਕਰਨੀ ਹੈ ਲਾਸਟ ਦੇ ਵਿੱਚ ਸੀਜ਼ਨਲ ਐਂਡ ਐਗਰੀਕਲਚਰ ਪੇਪਰਾਂ ਦੀ ਮਿੱਤਰੋ ਇੱਕ ਕਨਫਿਊਜ਼ਨ ਹੈ ਬੜੀ ਹੀ ਪਾਕਿਸਤਾਨੀਆਂ ਨੂੰ ਇੰਡੀਅਨ ਵੀਜ਼ਾ ਨੂੰ ਆਪਣਿਆਂ ਨੂੰ ਇੱਕ ਵੇ ਸੀਜ਼ਨਲ ਤੇ ਇੱਕ ਵੇ ਐਗਰੀਕਲਚਰ ਇਹਨਾਂ ਦੋਹਾਂ ਦੇ ਵਿੱਚ ਕੋਈ ਵੀ ਫਰਕ ਨਹੀਂ ਹੈ ਕੋਈ ਵੀ ਫਰਕ ਨਹੀਂ ਹੈ ਸੀਜ਼ਨਲ ਤੇ ਐਗਰੀਕਲਚਰ ਸੀਜ਼ਨਲ ਵੀਜ਼ਾ ਤੁਹਾਨੂੰ ਲੱਭੇਗਾ ਤੇ ਤੁਸੀਂ ਇਟਲੀ ਆ ਕੇ ਐਗਰੀਕਲਚਰ ਦਾ ਕੰਮ ਕਰੋਗੇ ਨੌਨ ਸੀਜ਼ਨਲ ਕੰਮ ਹੋਏਗਾ ਉਹਦੇ ਤੁਸੀਂ ਐਗਰੀਕਲਚਰ ਦਾ ਕੰਮ ਕਰ ਸਕਦੇ ਹੋ ਬਟ ਉਹ ਮੋਸਟਲੀ ਵੀਜ਼ਾ ਹੁੰਦਾ ਵੇ ਹੋਰ ਕੰਮ ਕਰਨ ਵਾਸਤੇ ਰੈਸਟੋਰੈਂਟ ਦੇ ਵਿੱਚ ਕੰਮ ਹੋ ਗਿਆ ਹੋਵੇ ਜਾਂ ਕਿਸੇ ਵੀ ਫੈਕਟਰੀ ਦੇ ਵਿੱਚ ਕੰਮ ਹੋ ਗਿਆ ਜਾਂ ਫਿਰ ਹੋਰ ਕੋਈ ਕੰਮ ਹੋ ਗਿਆ ਕਿ ਐਗਰੀਕਲਚਰ ਦਾ ਜਿੰਨਾ ਵੀ ਕੰਮ ਹੈ ਨਾ ਫਾਰਮਿੰਗ ਦਾ ਕੰਮ ਹੋ ਗਿਆ ਇਟਲੀ ਦੇ ਵਿੱਚ ਜਿਹੜੇ ਕੋਈ ਆਪਣਾ ਕੋ ਫਲ ਫਰੂਟ ਤੋੜਦੇ ਨੇ ਉਹਨਾਂ ਦਾ ਕੰਮ ਹੋ ਗਿਆ ਜਾਂ ਫਿਰ ਹੋਰ ਕੋਈ ਵੀ ਕੰਮ ਹੋ ਗਿਆ ਇਹ ਸਾਰਾ ਦਾ ਸਾਰਾ ਆਉਂਦਾ ਵੇ ਐਗਰੀਕਲਚਰ ਦੇ ਖਾਤੇ ਦੇ ਵਿੱਚ ਸੀਜ਼ਨਲ ਵੀਜ਼ਿਆਂ ਦੇ ਖਾਤੇ ਦੇ ਵਿੱਚ ਤੇ ਜਿਹੜਾ ਨੌਨ ਸੀਜ਼ਨਲ ਕੰਮ ਹੁੰਦਾ ਵੇ ਨਾ ਉਹ ਮੀਟਰ ਹੁੰਦਾ ਵੇ ਕੋਈ ਹੋਰ ਕੰਮ ਹੋ ਗਿਆ ਲਾਈਕ ਫਿਸ਼ਿੰਗ ਦਾ ਕੰਮ ਹੋ ਗਿਆ ਲੇਬਰ ਦਾ ਕੰਮ ਹੋ ਗਿਆ ਐਗਰੀਕਲਚਰ ਦੇ ਕੰਮ ਤੋਂ ਇਲਾਵਾ ਜਿੰਨੇ ਵੀ ਕੰਮ ਨੇ ਸਾਰੇ ਦੇ ਸਾਰੇ ਕੰਮ ਨੌਨ ਸੀਜ਼ਨਲ ਕੈਟਾਗਰੀ ਚ ਹੁੰਦੇ ਨੇ ਤੇ ਜਿਹੜੇ ਸੀਜ਼ਨਲ ਕੈਟਾਗਰੀ ਦੇ ਵਿੱਚ ਆਉਂਦਾ ਵੇ ਉਹ ਸਾਰਾ ਦਾ ਸਾਰਾ ਐਗਰੀਕਲਚਰ ਦਾ ਕੰਮ ਹੁੰਦਾ ਹੋਵੇ ਲਓ ਜੀ ਮਿੱਤਰੋ ਉਮੀਦ ਕਰਾਂਗਾ ਕਿ ਇਹ ਜਿਹੜਾ ਸਵਾਲ ਸੀ ਤੁਹਾਡਾ ਇਹ ਕਲੀਅਰ ਹੋ ਗਿਆ ਹੋਏਗਾ ਐਗਰੀਕਲਚਰ ਤੇ ਐਂਡ ਸੀਜ਼ਨਲ ਪੇਪਰ ਸੀਜ਼ਨਲ ਵਰਕ ਵੀਜ਼ਾ ਇਹ ਸੀਜ਼ਨਲ ਵੀਜ਼ਾ ਹੁੰਦਾ ਵੇ ਸੀਜ਼ਨਲ ਨੋਲਾ ਉਸ ਤਾਂ ਹੁੰਦਾ ਵੇ ਇਹਦੇ ਉੱਤੇ ਆ ਕੇ ਤੁਹਾਨੂੰ ਜਿਹੜਾ ਵਰਕ ਵੀਜ਼ਾ ਲੱਭਦਾ ਵੇ ਉਹਨੂੰ ਆਂਦੇ ਨੇ ਐਗਰੀਕਲਚਰ ਸੀਜ਼ਨਲ ਵੀਜ਼ਾ ਤੇ ਉਸ ਸੀਜ਼ਨਲ ਵੀਜ਼ੇ ਦੇ ਉੱਤੇ ਆ ਕੇ ਤੁਸੀਂ ਇਟਲੀ ਖੇਤੀਬਾੜੀ ਦਾ ਕੰਮ ਫਾਰਮਿੰਗ ਦਾ ਕੰਮ ਕਰਦੇ ਹੋ ਲਓ ਜੀ ਮਿੱਤਰੋ ਇਹ ਸੀ ਅੱਜ ਦੀ ਵੀਡੀਓ ਉਮੀਦ ਕਰਾਂਗਾ ਕਿ ਅੱਜ ਦੀ ਵੀਡੀਓ ਆਈ ਹੋਏਗੀ ਤੁਹਾਨੂੰ ਪਸੰਦ ਵੀਡੀਓ ਪਸੰਦ ਆਈਏ ਚੰਗਾ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮਿਲਣਿਆ ਤੁਹਾਨੂੰ ਮਿੱਤਰੋ ਨੈਕਸਟ ਵੀਡੀਓ ਦੇ ਵਿੱਚ ਰੱਬ ਰਾਖਾ